ਬਸ ਆਹੀ ਹੈ ਬਿਲਕੁਲ ਮਾਫ ਕਰਤੇ ਘਰ ਤੇ ਵੋਟਾਂ ਪੈਣੀਆਂ ਨੇ ਜਿਹਨੇ ਕੰਮ ਕਰਿਆ ਉਹਨੂੰ ਵੋਟਾਂ ਪੈਣੀ ਤਾਂ ਵੋਟ ਨੀ ਪੈਂਦੀ ਇੱਕ ਵੀ ਝਾੜੂ ਜਿੱਤੂ ਇੱਥੇ ਕੌਣ ਜਿੱਤਣਾ ਝਾੜੂ ਕੋਈ ਗੱਲ ਆਮ ਆਦਮੀ ਨੂੰ ਵੀ ਪਊਗੀ ਵੋਟ ਬਹੁਤ ਝਾੜੂ ਵੋਟਾਂ ਪੈਣੀਆਂ ਬਹੁਤ ਬਹੁਤ ਜ਼ਿਆਦਾ ਝਾੜੂ ਨੂੰ ਹਾਂਜੀ ਤੂੰ ਵੀ ਝਾੜੂ ਜਿੱਤੀ ਝਾੜੂ ਤੁਹਾਡੇ ਕੋਲ ਦੇਖ ਲਿਓ ਚਾਹੀਦਾ ਵੀ ਕੰਮ ਟਿਕਾਣਾ ਕਰਨਾ ਬਈ ਸਾਨੂੰ ਮਿਲ ਜਾਂਦੇ ਅੱਛਾ ਘਰੇ ਜਿਹਨੇ ਕੋਈ ਸਾਡੇ ਪਿੰਡ ਦਾ ਕੋਈ ਆਉਂਦਾ ਨਹੀਂ ਅੱਛਾ ਲੋਕ ਸਭਾ ਚੋਣਾਂ ਨੇ ਲੋਕਾਂ ਤੋਂ ਜਾਣਦਿਆਂ ਲੋਕਾਂ ਦੀ ਰਾਇ ਮਾਨਸਾ ਦੇ ਪਿੰਡ ਅਲੀਸ਼ੇਰ ਖੁਰਦ ਪਹੁੰਚੇ ਹਾਂ ਕਿ ਲੋਕਾਂ ਦੀ ਰਾਇ ਕੀ ਆ ਸੱਥਾਂ ਦੇ ਵਿੱਚ ਜਦੋਂ ਚਰਚਾ ਹੁੰਦੀ ਹੈ ਤਾਂ ਕਿਸੇ ਨਾ ਕਿਸੇ ਸਰਕਾਰ ਨੂੰ ਜਿਹੜਾ ਕੁਛ ਨਾ ਕੁਛ ਖਾਮਿਆਜ਼ਾ ਵੀ ਭੁਗਤਣਾ ਪੈਂਦਾ ਅਤੇ ਕੁਝ ਸਰਕਾਰਾਂ ਜਿਹੜੀਆਂ ਸੱਥਾਂ ਦੀ ਚਰਚਾ ਦੇ ਨਾਲ ਬਣ ਜਾਂਦੀਆਂ ਨੇ ਗੱਲਬਾਤ ਕਰਦੇ ਹਾਂ ਸਾਡੇ ਨਾਲ ਬਜ਼ੁਰਗ ਨੇ ਸਤਿ ਸ਼੍ਰੀ ਅਕਾਲ ਜੀ ਉਹ ਮੈਨੂੰ ਤਾਂ ਵੀਰੇ ਸੁਣਦਾ ਨਹੀਂ ਮੈਂ ਦੱਸ ਜਿਹੜੀ ਵੋਟ ਪੈਣੀ ਹੈਗੀ ਵੋਟ ਆਮ ਨਿੱਕੀ ਮੰਡੀਰ ਝਾੜੂ ਵਾਲੇ ਬੰਨੀਆਂ ਸਿਆਣੇ ਬੰਦੇ ਕਾਂਗਰਸ ਜਿਹੜੀ ਅਸਲੀ ਵੋਟ ਆ ਉਹ ਅਕਾਲੀ ਦਲ ਦੀ ਹੈ ਅਕਾਲੀ ਦਲ ਨੇ ਲੋਕਾਂ 'ਤੇ ਕੰਮ ਕਰਿਆ ਮੋਟਰਾਂ ਲਾਈਆਂ ਨੇ ਝਾੜੂ ਵਾਲਿਆਂ ਨੇ ਗੱਪ ਮਾਰਿਆ ਬੀਬੀਆਂ ਨੇ ਠੱਗੀ ਮਾਰੀ ਹੈ 1000 ਰੁਪਇਆ ਪਾਉਣ ਦੀ ਕੋਈ ਕੰਮ ਨਹੀਂ ਕਰਿਆ ਸਾਡੇ ਪਿੰਡ 'ਚ ਕਿਤੇ ਮੇਰਾ ਪੈਰ ਲਵਾ ਦਿਓ ਵੀ ਝਾੜੂ ਵਾਲਿਆਂ ਨੇ ਆਹ ਕੰਮ ਕਰਿਆ ਇੱਥੇ ਡਿਸਪੈਂਸਰੀ ਦੇ ਕਲੀ ਨਿਕਲ ਲਿਖਣ ਆਏ ਸੀਗੇ ਉਹ ਅਸੀਂ ਡੱਕਰੇ ਇੱਥੋਂ ਵੀ ਡਿਸਪੈਂਸਰੀ ਅਸੀਂ ਬਣਾਈ ਆ ਅਸੀਂ ਨਹੀਂ ਲਿਖਣ ਦਿੰਦੇ ਹਾਂ ਕੰਮ ਦੇ ਆਧਾਰ 'ਤੇ ਵੋਟਾਂ ਪੈਣੀਆਂ ਨੇ ਜਿਹਨੇ ਕੰਮ ਕਰਿਆ ਉਹਨੂੰ ਵੋਟਾਂ ਪੈਣੀਆਂ ਇਕੱਲੇ ਗੱਪਾਂ ਨਾਲ ਵੋਟਾਂ ਨਹੀਂ ਪੈਂਦੀਆਂ ਸਿਆਣੇ ਤਾਂ ਹੋ ਗਏ ਹਾਂ ਬਾਈ ਜੀ ਕੀ ਨਾਮ ਹੈ ਬੂਟਾ ਸਿੰਘ ਬੂਟਾ ਜੀ ਕੀ ਲੱਗਦਾ ਫਿਰ ਲੱਗਦਾ ਇਹ ਹੈ ਵੀ ਅਕਾਲੀ ਦਲ ਨੂੰ ਤਾਂ ਵੋਟ ਨਹੀਂ ਪੈਂਦੀ ਇੱਕ ਵੀ ਅੱਛਾ ਕਿਉਂ ਇਹਨਾਂ ਨੇ ਬੇਅਬਦੀ ਕਰਾਈ ਸਾਧ ਨੂੰ ਮਾਫੀ ਦਿੱਤੀ ਅੱਛਾ ਇਹਨਾਂ ਤੋਂ ਲੋਕ ਅੱਕੇ ਪਏ ਆ ਅੱਛਾ ਅਤੇ ਫਿਰ ਪਊ ਕਿਹਨੂੰ ਕਾਂਗਰਸ ਨੂੰ ਵੋਟ ਵੱਧ ਪਊ ਅੱਛਾ ਕਾਂਗਰਸ ਦੇ ਕੰਮ ਕੀਤੇ ਇੱਥੇ ਬਹੁਤ ਜ਼ਿਆਦਾ ਅੱਛਾ ਹਾਂ ਅਤੇ ਆਮ ਆਦਮੀ ਪਾਰਟੀ ਆਮ ਆਦਮੀ ਨੂੰ ਵੀ ਪਊਗੀ ਵੋਟ ਬਹੁਤ ਅੱਛਾ ਕੰਮ ਹੋਏ ਆ ਕੋਈ ਸਰਕਾਰ ਨੇ ਸਹੂਲਤਾਂ ਦਿੱਤੀਆਂ ਬਸ ਆਹੀ ਹੈ ਬਿਲਕੁਲ ਮਾਫ ਕਰਤੇ ਅਤੇ ਬਾਕੀ ਆਹ ਟੋਲ ਪਲਾਜ਼ਾ ਪੱਟ ਪੁੱਟ ਤੇ ਇਹੋ ਜਿਹੇ ਕੰਮ ਕਰੇ ਫਾਇਦੇ ਹੋਏ ਇਹਦੇ ਨਾਲ ਫਾਇਦੇ ਹੀ ਨੇ ਅੱਛਾ ਜਿਹੜੀ ਸੋਚ ਨਾਲ ਬਦਲਾਅ ਲਿਆਉਂਦਾ ਸੀ ਉਹਦਾ ਫਰਕ ਲੱਗਦਾ ਕੁਛ ਫਰਕ ਹੈਗਾ ਬਹੁਤ ਹੈ ਜੀ ਪੂਰਾ ਫਰਕ ਹੈ ਅੱਛਾ ਪੂਰਾ ਫਰਕ ਹੈ ਹਾਂਜੀ ਠੁੱਡੀਆਂ ਨੂੰ ਮਿਲੇ ਹੋ ਤੁਸੀਂ ਨਹੀਂ ਅਸੀਂ ਤਾਂ ਨਹੀਂ ਮਿਲੇ ਨਾ ਅਜੇ ਸਾਡੀ ਤਾਂ ਪਾਰਟੀ ਕਾਂਗਰਸ ਹੈ ਅੱਛਾ ਕਾਂਗਰਸ ਪਾਰਟੀ ਹੈ ਤਾਂ ਫਿਰ ਮਤਲਬ ਕਾਂਗਰਸ ਨੂੰ ਬਹਿਣਗੀਆਂ ਵੋਟਾਂ ਹਾਂਜੀ ਹਾਂਜੀ ਕਾਂਗਰਸ ਨੂੰ ਪਾਊ ਹਾਂਜੀ ਅਕਾਲੀਆਂਵਾਲ ਦੀ ਮੈਂ ਤਾਂ ਫੌਜੀ ਨਹੀਂ ਪੁੱਛਣਾ ਅੱਛਾ ਕੀ ਨਾਮ ਕੀ ਹੈ ਤੁਹਾਡਾ ਗੁਰਤੇਜ ਹੈ ਗੁਰਤੇਜ ਜੀ ਤੁਸੀਂ ਦੱਸੋ ਚਲੋ ਉਹ ਅਕਾਲੀ ਇੱਕ ਕਾਂਗਰਸੀ ਤੁਸੀਂ ਦੱਸੋ ਸਾਡੇ ਵੋਟਾਂ ਅਕਾਲੀਆਂ ਨੂੰ ਵੱਧ ਪੈਣਗੀਆਂ ਅਕਾਲੀਆਂ ਹਾਂ ਅੱਛਾ ਕਾਂਗਰਸ ਨੂੰ ਤਾਂ 150 ਪਊਗੀ 150 ਹਾਂ ਬਸ ਬਸ ਅੱਛਾ ਆਮ ਆਦਮੀ ਪਾਰਟੀ ਆਮ ਵਾਲੇ ਅਕਾਲੀਆਂ ਦੇ ਬਰਾਬਰ ਹੋ ਸਕਦੇ ਨੇ ਅੱਛਾ ਲੱਗਦਾ ਦੋਨਾਂ ਨੇ ਤਾਂ ਕੰਮ ਕੀਤੇ ਆ ਕੰਮ ਤਾਂ ਕਰੇ ਨੇ ਅਕਾਲੀਆਂ ਵਾਲੇ ਕਰੇ ਨੇ ਅੱਛਾ ਆਮ ਆਦਮੀ ਦੇ ਆਮ ਵਾਲੇ ਨੇ ਅਜੇ ਕੁਝ ਨਹੀਂ ਕਰਿਆ ਅੱਛਾ ਪਿੰਡਾਂ 'ਚ ਕੋਈ ਸਹੂਲਤ ਨਹੀਂ ਕੋਈ ਸਹੂਲਤ ਨਹੀਂ ਡੱਕਾਂ ਦੇ ਤੱਕ ਆਏ ਤਾਂ ਨਹੀਂ ਅੱਛਾ ਬਾਈ ਜੀ ਕੀ ਨਾਮ ਹੈ ਬਲਵੀਰ ਸਿੰਘ ਬਲਵੀਰ ਜੀ ਕੀ ਲੱਗਦਾ ਫਿਰ ਹੁਣ ਤਾਂ ਜੀ ਕੁਛ ਨਹੀਂ ਲੱਗਦਾ ਬਸ ਐਵੇਂ ਆਪਾਂ ਬਹਾਨੇ ਬਣਾਈ ਜਾਂਦੇ ਆ ਵੀ ਐਂ ਕਰ ਦਿਆਂਗੇ ਉਹ ਕਰ ਦਿਆਂਗੇ ਕਰਿਆ ਕੁਰਿਆ ਕੁਛ ਨਹੀਂ ਆਹ 600 ਯੂਨਿਟ ਆ ਜਿਹੜੀ ਬਿਜਲੀ ਹੈ ਮੂੰਹ ਕਹਿੰਦੇ ਆ ਮਾਫ਼ ਕਰੀ ਆ ਜਦੋਂ ਇੱਕ ਯੂਨਿਟ ਉੱਪਰ ਟੱਪ ਜਾਂਦੀ ਹੈ ਫਿਰ ਸਾਰੀ ਦਾ ਪਾ ਦਿੰਦੇ ਆ ਉਹ ਬਿੱਲ ਉਸ ਤੋਂ ਬਾਅਦ ਇਹਨਾਂ ਨੇ ਕੋਈ ਨਵਾਂ ਕੰਮ ਨਹੀਂ ਕੀਤਾ ਕੋਈ ਮਜ਼ਦੂਰ ਦਾ ਕੁਛ ਨਹੀਂ 2500 ਪੈਨਸ਼ਨ ਕਹਿ ਕੇ ਉਹਨਾਂ ਨੂੰ ਗਰੀਬਾਂ ਨੂੰ ਉਹ ਨਹੀਂ ਦਿੱਤੀ 1000 ਰੁਪਈਆ ਮਿਲ ਕੇ ਔਰਤਾਂ ਨੂੰ ਦੇਣਾ ਸੀ ਉਹ ਨਹੀਂ ਦਿੱਤਾ ਕੋਈ ਵੀ ਆਪਦਾ ਵਾਅਦਾ ਪੂਰਾ ਨਹੀਂ ਕੀਤਾ ਇਹ ਝਾੜੂ ਪਾਰਟੀ ਨੇ ਅੱਛਾ ਕਿਹੜੀ ਪਾਰਟੀ ਸਹੀ ਲੱਗੀ ਹੁਣ ਸਾਨੂੰ ਤਾਂ ਜੀ ਕਾਂਗਰਸ ਚੰਗੀ ਲੱਗਦੀ ਆ ਚੰਨੀ ਨੇ ਟੂਟੀਆਂ ਦੇ ਬਿੱਲ ਮਾਫ਼ ਕੀਤੇ ਬਿਜਲੀ ਦੇ ਬਿੱਲ ਘਟਾਏ ਲੋਕਾਂ ਨੂੰ ਮੁਆਵਜ਼ੇ ਦਿੱਤੇ ਮਜ਼ਦੂਰਾਂ ਨੂੰ ਨਰਮਾ ਚਗਾਈ ਦਾ ਉਹ ਵੀ ਮੁਆਵਜ਼ਾ ਦਿੱਤਾ ਮਾਲ ਕੇ ਸਭ ਤੋਂ ਵਧੀਆ ਕਾਂਗਰਸ ਨੇ ਕੰਮ ਕੀਤਾ ਤਾਂ ਕਾਂਗਰਸ ਨੇ ਹੀ ਕਰਿਆ ਅੱਛਾ ਬਾਈ ਕਹਿੰਦੇ ਕਾਂਗਰਸ ਨੇ ਕੰਮ ਕੀਤਾ ਬਾਈ ਜੀ ਕੀ ਨਾਮ ਹੈ ਲਖਵਿੰਦਰ ਸਿੰਘ ਜੀ ਕੀ ਲੱਗਦਾ ਫਿਰ ਲੱਗਦਾ ਜੀ ਬਸ ਝਾੜੂ ਨੂੰ ਵੋਟਾਂ ਪੈਣੀਆਂ ਬਹੁਤ ਬਹੁਤ ਜ਼ਿਆਦਾ ਝਾੜੂ ਨੂੰ ਹਾਂਜੀ ਉੱਧਰ ਕਾਂਗਰਸ ਅਕਾਲੀ ਅਤੇ ਝਾੜੂ ਵਾਲੇ ਆ ਗਏ ਹਾਂਜੀ ਅਕਾਲੀਆਂ ਤਾਂ ਪੈਣੀ ਨਹੀਂ ਕੋਈ ਵੋਟ ਹਾਂ ਆਹ ਕਾਂਗਰਸ ਹੈਗੀ ਆ 150 ਵੋਟ
ਹੁਣ ਕਾਂਗਰਸ ਦੀ ਰੂਟਸ ਹੋ ਗਈ। ਹਾਂ ਬਾਕੀ ਸਾਰੀ ਮੂਹਰੇ ਆ ਗਈਆਂ। ਦੱਸੋ ਵੀ ਆਮ ਆਦਮੀ ਪਾਰਟੀ ਨੇ ਕੀਤਾ ਕੁਛ? ਆਮ ਆਦਮੀ ਕਰੀ ਆ ਦਿਆ। ਅੱਛਾ, ਉਹ ਬਾਈ ਕਹਿੰਦੇ ਬੀਬੀਆਂ ਨਾਲ ਠੱਗੀ ਮਾਰ ਲਈ। ਬੀਬੀਆਂ ਫਿਰ ਹਜੇ ਤਾਂ ਸਮਾਂ ਥੋੜ੍ਹਾ, ਹੁਣ ਅੱਜ ਹੀ ਬਣੇ ਬਣੇ 2 ਸਾਲ ਹੋਏ ਨੇ ਕੰਮ, ਭਾਵੇਂ ਤਾਂ 50 ਸਾਲ ਦਾ ਖਰਾਬ ਕਰਿਆ ਪਿਆ ਸੀ ਇਹਨਾਂ ਨੇ। ਅੱਛਾ, ਹੁਣ ਹੋਈ ਹੋਈ ਸੁਧਰਦਾ ਜੂ। ਅੱਛਾ, ਹਾਂ ਠੀਕ ਹੋ ਜਾਣਗੇ, ਆਹ 2000 ਰੁਪਇਆ ਵੀ ਮੂਹਰੇ ਪਾ ਦੇਣਗੇ। ਅੱਛਾ, ਕੀ ਹਵਾ ਫਿਰ ਪਿੰਡ ਦੀ? ਹਵਾ ਤਾਂ ਮੂਹਰੇ ਪਤਾ ਲੱਗੂ ਵੋਟਰ ਵਾਸਤੇ ਇਹਨਾਂ ਦਾ ਇੱਕ ਹਿੱਸਾ ਹੋਊਗਾ, 2 ਹਿੱਸੇ ਦੇ ਝਾੜੂ ਕਰਦੇ ਨੇ। ਅੱਛਾ, 2 ਹਿੱਸੇ ਝਾੜੂ ਵਾਲੇ ਦੇ। ਹਾਂਜੀ। ਅੱਛਾ, ਬਾਬਾ ਜੀ ਕੀ ਨਾਮ ਹੈ? ਮਿੱਠੂ ਸਿੰਘ। ਮਿੱਠੂ ਜੀ, ਕੀ ਲੱਗਦਾ ਫਿਰ ਮਾਹੌਲ? ਮਾਹੌਲ ਲੱਗਦਾ ਜੀ ਅਕਾਲੀ ਜਾਣਗੇ ਮੂਹਰੇ ਜੀ। ਅੱਛਾ, ਅਕਾਲੀ ਜਾਣਗੇ? ਹਾਂਜੀ। ਕੋਈ ਕਹਿੰਦਾ ਝਾੜੂ ਜਿੱਥੂ ਇੱਥੇ ਕੌਣ ਰਿਤਨੇ ਝਾੜੂ? ਕੋਈ ਅਕਾਲੀ ਹੈ? ਹੋਰ ਹੁਣ ਸਾਹਮਣੇ ਹੂੰ ਬੈਠੇ ਹੋ। ਹੋਰ ਹੁਣ ਜਿੱਥੂ ਕੋਈ ਝਾੜੂ? ਜਿੱਥੂ ਝਾੜੂ ਕੋਲ ਦੇਖ ਲਿਓ। ਕਿਉਂ? ਕੀ ਪਤਾ ਕਿਉਂ? ਤੁਹਾਨੂੰ ਪਤਾ ਲੱਗੂ ਤਾਂ। ਸਹੂਲਤਾਂ ਕੀ ਦਿੱਤੀਆਂ? ਦਿੱਤਾ ਕੀ ਜੀ, ਪਾਣੀ ਉਹਨੇ ਆਮ ਕਰ ਰੱਖਿਆ ਜਿੱਦਾਂ ਦਾ ਆਇਆ ਉਹ। ਅੱਗੇ ਕਿੱਥੇ ਸੀ ਲਾਈਟ? ਹੈਗੀ ਸੀ ਲਾਈਟ, ਕਿਤੇ ਨਹੀਂ ਸਾਡੇ ਪਿੰਡ 'ਚੋਂ ਕੋਈ। ਹੋਰ ਹੁਣ ਇਹਨਾਂ ਨੂੰ ਬਾਂਹ ਚਾਹੀਦਾ। ਹੈਂ, ਸਹੂਲਤਾਂ ਮਿਲੀਆਂ? ਪੂਰੀਆਂ ਮਿਲੀਆਂ। ਅੱਛਾ, ਰਾਸ ਆਇਆ ਬਦਲਾ? ਨਾ, ਸੋਚਿਆ ਸੀ ਲੋਕਾਂ ਨੇ ਵੀ ਬਦਲਾ ਲਿਆਵਾਂਗੇ, ਬਦਲਾ ਵਧੀਆ ਲੱਗਦਾ? ਵਧੀਆ ਵਧੀਆ, ਜਿਵੇਂ ਸਿਰੇ ਦਾ ਬਦਲਾ ਹੈ। ਅਤੇ ਇਸ ਵਾਰ ਫਿਰ ਹਵਾ ਕੀ ਕਹਿੰਦੀ ਹੈ ਚੋਣਾਂ 'ਚ? ਚੋਣਾਂ ਹੁਣ ਤੁਹਾਨੂੰ ਫਿਰ ਤਾਂ ਜਿਹੜਾ ਬਾਹਰ ਫਿਰਦੇ, ਸਾਨੂੰ ਕੀ ਪਤਾ ਇਸ ਪਿੰਡ ਬੈਠਾ ਜਿੱਦਾਂ ਬੋਰ ਥੱਲੇ ਤਾਂਸ ਪਿੱਛੇ ਲੋਕ ਕਿੰਨੇ ਖੇਡਦੇ ਆ। ਪਿੰਡ ਦਾ ਮਾਹੌਲ ਕੀ ਕਹਿੰਦਾ? ਸਾਡੇ ਪਿੰਡ ਦਾ ਸਾਂਝਾ ਹੀ ਹੈ। ਸਾਂਝਾ ਹੀ, ਸਾਰਾ ਮਿਕਸ ਜਿਹਾ ਹੀ ਹੈ। ਹਾਂ, ਕੋਈ ਕਿਸੇ ਨੂੰ ਪਾਊ, ਕੋਈ ਕਿਸੇ ਨੂੰ। ਅੱਛਾ ਬਾਈ ਜੀ, ਕੀ ਨਾਮ? ਕੀ ਨਾਮ ਹੈ, ਨਾਮ ਕੀ ਹੈ? ਨਾਮ ਲਾਭ ਸਿੰਘ ਹੈ। ਲਾਭ ਸਿੰਘ ਜੀ, ਮੈਨੂੰ ਚਲੋ ਪਿੰਡ ਜਿਹੜਾ ਮਰਜ਼ੀ ਆ, ਇਹ ਦੱਸੋ ਵੀ ਪੰਜਾਬ ਦੇ ਭਲੇ ਦੀ ਗੱਲ ਕੀਤੀ ਕਿਸੇ ਪਾਰਟੀ ਨੇ? ਕਿਸੇ ਨੇ ਨਹੀਂ ਕਰੀ ਹੈਗੀ। ਹਾਂਜੀ, ਕਿਸੇ ਨੇ ਨਹੀਂ ਕਰੀ। ਵੀ ਸਾਰਾ ਐਂ ਚੱਲੀ ਜਾਂਦਾ? ਐਂ ਰਾਮਾ ਰਾਮਾ ਚੱਲੀ ਜਾਂਦਾ। ਹਾਂਜੀ, ਰਾਮਾ ਮੇ ਰਾਮਾ ਮੇ। ਧਰਮ ਦੇ ਨਾਂ 'ਤੇ ਰਾਜਨੀਤੀ ਹੋਣੀ ਚਾਹੀਦੀ ਹੈ? ਹੋਣੀ ਚਾਹੀਦੀ ਹੈ। ਹਾਂਜੀ, ਹੋਣੀ ਚਾਹੀਦੀ ਹੈ। ਹੋਣੀ ਚਾਹੀਦੀ। ਤਾਂ ਲੋਕਾਂ ਨੂੰ ਮੁਫਤ ਚਾਹੀਦਾ ਕਿ ਰੁਜ਼ਗਾਰ? ਮੁਫਤ ਚਾਹੀਦਾ ਵੀ ਕੰਮ ਟਕਾਣਾ ਕਰਨਾ ਪਏ, ਸਾਨੂੰ ਮਿਲੀ ਚੱਲੇ। ਅੱਛਾ, ਹਾਂ ਲੋੜ ਰੁਜ਼ਗਾਰ ਦੀ ਹੈ? ਹਾਂ। ਅਤੇ ਫਿਰ ਕਿਉਂ, ਕਦੋਂ ਸਮਝਣਗੇ ਲੋਕ ਜੀ? ਹਾਂਜੀ, ਸਿਆਣੇ ਕਦੋਂ ਹੋਣਗੇ? ਸਿਆਣੇ ਹੋਣਗੇ ਜਦੋਂ ਮਰ ਗਏ, ਅੱਧੇ ਕੁ ਮਰ ਗਏ, ਅੱਧੇ ਕੁ ਬਾਹਰ ਵਗ ਗਏ, ਉਦੋਂ ਸਿਆਣੇ ਹੋਣਗੇ। ਅੱਛਾ, ਹਾਂ। ਅਤੇ ਹੁਣ ਤਾਂ ਨਹੀਂ ਗੱਲਾਂ 'ਚ ਆਉਂਦੇ? ਨਾ ਨਾ, ਗੱਲਾਂ ਲਾਰਿਆਂ 'ਚ ਨਹੀਂ ਆਉਂਦੇ? ਕਿਸੇ ਲਾਰੇ 'ਚ ਨਹੀਂ ਆਉਂਦਾ, ਕੋਈ ਸਾਡੇ ਪਿੰਡ ਦਾ ਕੋਈ ਆਉਂਦਾ ਨਹੀਂ। ਅੱਛਾ, ਨਾ ਹੋਰ ਸਾਨੂੰ ਪਤਾ ਨਹੀਂ ਵੀ ਵੋਟ ਬੰਦਾ ਦੇਖ ਕੇ ਪਊਗੀ? ਹਾਂ ਹਾਂ, ਕੰਮ ਦੇਖ ਕੇ। ਕੰਮ ਦੇਖ ਕੇ ਤਾਂ ਪਿੰਡ ਅਲੀਸ਼ੇਰ ਖੁਰਦ ਖੜੇ ਹਾਂ, ਬਜ਼ੁਰਗਾਂ ਨੇ ਆਪਣੀ ਰਾਏ ਕਰੀ ਆ ਸਾਂਝੀ। ਇਸੇ ਤਰ੍ਹਾਂ ਤੁਸੀਂ ਵੀ ਰਾਏ ਆਪਣੀ ਕਰਿਓ, ਕਮੈਂਟਾਂ ਸਾਂਝੀ। ਮਿਲਦੇ ਹਾਂ ਇੱਕ ਨਵੀਂ ਸੱਥ, ਨਵੀਂ ਵੀਡੀਓ ਦੇ ਨਾਲ। ਧੰਨਵਾਦ।